ਜ਼ਿੰਦਾਬਾਦ, ਪੰਜਾਬ ਸਰਕਾਰ ਜ਼ਿੰਦਾਬਾਦ, ਮੁੱਖ ਮੰਤਰੀ ਜ਼ਿੰਦਾਬਾਦ, ਮੁੱਖ ਮੰਤਰੀ ਪੰਜਾਬ ਜ਼ਿੰਦਾਬਾਦ, ਮੁੱਖ ਮੰਤਰੀ ਪੰਜਾਬ ਠੀਕ ਕਰੋ, ਕਾਨੂੰਨ ਵਿਵਸਥਾ ਠੀਕ ਕਰੋ, ਕਾਨੂੰਨ ਵਿਵਸਥਾ ਠੀਕ ਕਰੋ, ਪੰਜਾਬ ਸਰਕਾਰ ਜ਼ਿੰਦਾਬਾਦ, ਜ਼ਿੰਦਾਬਾਦ, ਝੂਠੀ ਸਰਕਾਰ ਜ਼ਿੰਦਾਬਾਦ, ਝੂਠੀ ਸਰਕਾਰ ਜ਼ਿੰਦਾਬਾਦ, ਬਹਾਲ ਕਰੋ ਅਮਨ ਕਾਨੂੰਨ, ਬਹਾਲ ਕਰੋ ਅਮਨ ਕਾਨੂੰਨ, ਬਹਾਲ ਕਰੋ ਅਮਨ ਕਾਨੂੰਨ, ਬਹਾਲ ਕਰੋ ਨਸ਼ਾ, ਬੰਦ ਕਰੋ ਪੰਜਾਬ ਵਿੱਚ ਨਸ਼ਾ, ਬੰਦ ਕਰੋ ਪੰਜਾਬ ਵਿੱਚ ਨਸ਼ਾ, ਬੰਦ ਕਰੋ ਪੰਜਾਬ ਵਿੱਚ ਨਸ਼ਾ, ਕਹਿਤੀਆਂ ਬੰਦ ਕਰੋ, ਲੁੱਟਾਂ ਖੋਆ ਬੰਦ ਕਰੋ, ਲੁੱਟਾਂ ਖੋਆ ਬੰਦ ਕਰੋ, ਪੰਜਾਬ ਵਿੱਚ ਜ਼ਿੰਦਾਬਾਦ, ਗੈਂਗਸਟਰਵਾਦ। ਹੁਣੇ ਨਹੀਂ ਆ ਜਾਣਾ ਢਾਈ ਤਿੰਨ ਸਾਲ ਜਦੋਂ ਸਰਕਾਰ ਲੰਘ ਜਾਂਦੀ ਆ ਉਸ ਤੋਂ ਬਾਅਦ ਧਰਨੇ ਲੱਗਣੇ ਸ਼ੁਰੂ ਹੁੰਦੇ ਆ ਅਤੇ ਇਹਨਾਂ ਦੇ 3 ਮਹੀਨੇ ਗੁਜ਼ਰੇ ਸੀਗੇ ਅਤੇ ਲੋਕਾਂ ਨੇ ਆਪਣੇ ਹਥਿਆਰ ਚੁੱਕ ਲਏ। 3 ਮਹੀਨਿਆਂ ਤੋਂ ਬਾਅਦ ਹੀ ਧਰਨਿਆਂ ਦਾ ਜਿਹੜਾ ਦੇਖੋ ਆ ਜਿਹੜੇ ਕੰਗਣਾ ਰਣੌਤ ਹੋ ਗਏ, ਰਵਨੀਤ ਸਿੰਘ ਬਿੱਟੂ ਹੋ ਗਏ, ਆ ਜਿੰਨੇ ਇਹ ਜਿਹੜੇ BJP ਨੇ ਛੱਡੇ ਹੋਏ ਆ ਨਾ ਥੱਲੇ ਮਦਾਰੀ, ਕਿਉਂਕਿ ਇਹਨਾਂ ਦੀ ਰਾਜਨੀਤੀ ਕਰਨ ਦੀ ਕੋਈ ਸ਼ਮਤਾ ਤਾਂ ਹੈ ਨਹੀਂ। ਇਹਨਾਂ ਨੇ ਲੋਕਾਂ ਦੇ ਮੁੱਦੇ ਐਡਰੈਸ ਨਹੀਂ ਕਰਨੇ, ਇਹਨਾਂ ਦਾ ਕੰਮ ਆ ਇੱਕ ਸਰਕਸ ਨਹੀਂ ਹੁੰਦੀ, ਕਿਉਂਕਿ ਸਰਕਾਰ ਤਾਂ ਹੈ ਨਹੀਂ, ਸਰਕਸ ਹੀ ਚੱਲਦੀ ਪਈ ਆ। ਸਰਕਸ ਦੇ ਵਿੱਚ ਜੋਕਰ ਹੁੰਦੇ ਆ, ਜਿਨ੍ਹਾਂ ਦਾ ਕੰਮ ਮਦਾਰੀਆਂ ਦਾ ਕੰਮ ਹੁੰਦਾ ਵੀ ਚਲੋ ਲੋਕਾਂ ਨੂੰ ਹਸਾਈ ਜਾਓ, ਲੋਕਾਂ ਦਾ ਧਿਆਨ ਭਟਕਾਈ ਜਾਓ ਅਤੇ ਫਿਰ ਮੇਨ ਇਵੈਂਟ ਦੇ ਵਾਸਤੇ ਮੇਨ ਉਹਨਾਂ ਦੇ ਅਦਾਕਾਰਾਂ ਦੇ। ਸੋ ਇਹ ਸਾਰੇ ਜੋਕਰ ਆ ਜਿਨ੍ਹਾਂ ਨੂੰ ਅਸੀਂ ਸੀਰੀਅਸਲੀ ਨਹੀਂ ਲੈਣਾ ਚਾਹੀਦਾ। ਇਹਨਾਂ ਦਾ ਕੰਮ ਆ ਪੁੱਠੇ ਸਿੱਧੀ ਬਿਆਨਬਾਜ਼ੀਆਂ ਕਰਨਾ। ਅਫਸੋਸ ਦੀ ਗੱਲ ਆ ਲੋਕਾਂ ਨੇ ਕੰਗਣਾ ਨੂੰ MP ਬਣਾਤਾ, ਚਲੋ ਰਵਨੀਤ ਨੂੰ ਤਾਂ ਲੋਕਾਂ ਨੇ ਹਰਾ ਕੇ ਭੇਜਿਆ ਕਿਉਂਕਿ ਪਤਾ ਸੀ ਉਹਦੀ ਕਰਤੂਤ ਦਾ, ਲੇਕਿਨ ਅੱਜ ਇਹ ਇਲੈਕਟਡ ਸਿਸਟਮ ਵਿੱਚ ਆ ਕੇ ਇਹਨਾਂ ਨੂੰ ਕਿਤੇ ਨਾ ਕਿਤੇ ਇਸ ਚੀਜ਼ ਦੀ ਉਹ ਲੀਗੈਲਿਟੀ ਮਿਲ ਜਾਂਦੀ ਆ ਵੀ ਇਹ ਜੋ ਬੋਲਦੇ ਆ, ਲੇਕਿਨ ਇਹਨਾਂ ਦੀ ਜੋ ਰਾਜਨੀਤਿਕ ਸਮਝ ਆ ਔਰ ਜੋ ਇਹਨਾਂ ਦੀ ਗੱਲਾਂ ਬਾਤਾਂ ਵਾ ਉਹਦੇ 'ਤੇ ਮੇਰੇ ਹਿਸਾਬ ਨਾਲ ਟਿੱਪਣੀ ਕਰਨਾ ਬਣਦਾ ਨਹੀਂ। ਇੱਕ ਤਰ੍ਹਾਂ ਤੋਂ ਹਾਸੇ ਮਖੌਲ ਔਰ ਐਂਟਰਟੇਨਮੈਂਟ ਦੇ ਸਾਧਨ ਨੂੰ ਇਹ ਰਾਜਨੀਤੀ ਸਮਝਦੇ ਆ, ਨਾ ਕਿ ਲੋਕਾਂ ਦੀ ਸੇਵਾ ਕਰਨੀ ਔਰ ਲੋਕਾਂ 'ਚ ਭੜਕਾਊ ਭਾਸ਼ਣ ਦੇਣੇ, ਕਿਸੇ ਬਾਰੇ ਮੰਦਾ ਚੰਗਾ ਬੋਲਣਾ, ਇਹ ਕੰਮ ਨਹੀਂ ਆ। ਲੇਕਿਨ ਇਹਨਾਂ ਨੂੰ ਇਹਨਾਂ ਦੀ ਜਵਾਬ ਦੇ ਵਿੱਚ ਪਹਿਲਾਂ ਕੁਲਵਿੰਦਰ ਕੌਰ ਵਰਗੀ ਇੱਕ ਭੈਣ ਨੇ ਜਵਾਬ ਦਿੱਤਾ ਸੀ ਇਹਨੂੰ, ਕੁਲਵਿੰਦਰ ਕੌਰ ਨੇ ਇਹਨੂੰ ਸਮਝਾਇਆ ਸੀ, ਉਹਦਾ ਕੋਈ ਨਿੱਜੀ ਮਸਲਾ ਨਹੀਂ ਸੀ। ਲੋਕਾਂ 'ਚ ਜਿਹੜਾ ਗੁੱਸਾ ਨਿਕਲਦਾ ਵਾ ਨਾ ਉਹ ਇਸ ਤਰੀਕੇ ਨਿਕਲਦਾ ਵਾ, ਅਸੀਂ ਕਹਿੰਦੇ ਹਾਂ ਕਾਨੂੰਨ ਨੂੰ ਹੱਥ 'ਚ ਨਹੀਂ ਲੈਣਾ ਚਾਹੀਦਾ, ਲੇਕਿਨ ਜਿਹੜਾ ਭੈਣ ਨੇ ਕੁਲਵਿੰਦਰ ਕੌਰ ਨੇ ਇਹਨੂੰ ਜਵਾਬ ਦਿੱਤਾ ਸੀਗਾ, ਸ਼ਾਇਦ ਇਹਨੂੰ ਉਸ ਤੋਂ ਬਾਅਦ ਵੀ ਅਕਲ ਨਹੀਂ ਆਈ ਅਤੇ ਫਿਰ ਇੱਕ ਅੱਧੀ ਕੋਈ ਕੁਲਵਿੰਦਰ ਕੌਰ ਉੱਠੂਗੀ ਅਤੇ ਫਿਰ ਜਾ ਕੇ ਇਹਨੂੰ ਕਿਤੇ ਅਕਲ ਆਊਗੀ। ਦੇਖੋ ਸੂਬਾ ਪੱਧਰੀ ਪ੍ਰੋਟੈਸਟ ਆ, ਸਾਰੇ ਬਲਾਕ ਪ੍ਰਧਾਨ ਜਿਹੜੇ ਕਾਂਗਰਸ ਪਾਰਟੀ ਦੇ ਹੈਗੇ ਆ ਔਰ ਰੋਪੜ ਦੇ ਵਿੱਚ ਸਾਡੇ ਸਰਬਜੀਤ ਸਿੰਘ ਜੀ ਸੈਣੀ ਔਰ ਅਵਤਾਰ ਜੀ ਚੌਧਰੀ ਸਾਹਿਬ, ਇਹਨਾਂ ਦੇ ਕਹਿਣ ਦੇ ਉੱਤੇ ਜਿਹੜੀ ਕਾਲ ਦਿੱਤੀ ਗਈ ਸੀ ਅੱਜ ਰੋਪੜ ਵਿਧਾਨ ਸਭਾ ਵੱਲੋਂ, ਅਸੀਂ ਸਾਰੇ ਸਰਪੰਚ ਸਾਹਿਬਾਨ, ਸਾਡੇ ਸਾਰੇ ਕੌਂਸਲਰ ਸਾਹਿਬਾਨ, ਸਾਡੇ ਸਾਰੇ ਸੰਮਤੀ ਮੈਂਬਰ ਸਾਹਿਬਾਨ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਾਹਿਬਾਨ ਔਰ ਨਾਲ ਜਿਹੜੇ ਸਾਡੇ ਜੁਝਾਰੂ ਸਾਥੀ ਆ, ਜਿਹੜੇ ਵਰਕਰ ਜਿਹੜੇ ਬੜੇ ਲੰਬੇ ਸਮੇਂ ਤੋਂ ਇਸ ਗੱਲ ਦੀ ਮੰਗ ਕਰ ਰਹੇ ਸੀ ਵੀ ਇਹ ਜਿਹੜੀ ਸਰਕਾਰ ਆ ਇਹ ਸਿਰਫ ਡਰਾਮਿਆਂ ਦੀਆਂ, ਪਖੰਡੀਆਂ ਦੀਆਂ, ਹਾਸੇ ਮਖੌਲ ਦੀ ਸਰਕਾਰ ਆ ਔਰ ਉਹਦੇ ਕਰਕੇ, ਕਿਉਂਕਿ ਵਿਧਾਨ ਸਭਾ 'ਚ ਵੀ ਜੇ ਅਗਰ ਤੁਸੀਂ ਦੇਖੋਗੇ ਤਾਂ ਗੱਲਾਂ ਜਿਹੜੀਆਂ ਹੁੰਦੀਆਂ ਵਾ ਉਹ ਕਿਸੇ 'ਤੇ ਤੰਜ ਕੱਸਣ ਦੀਆਂ ਹੁੰਦੀਆਂ ਵਾ, ਕਿਸੇ 'ਤੇ ਮੇਰਾ ਮਤਲਬ ਇੱਕ ਤਰ੍ਹਾਂ ਦੇ ਟਿੱਪਣੀਆਂ ਕਰਨ ਦੀ ਹੁੰਦੀ ਆ, ਲੇਕਿਨ ਜਿਹੜੇ ਮੂਲ ਜਿਹੜੇ ਜ਼ਮੀਨੀ ਪੱਧਰ 'ਤੇ ਹਾਲਾਤ ਆ ਜਿਨ੍ਹਾਂ ਦੇ ਕਰਕੇ ਜਿਨ੍ਹਾਂ ਦਾ ਬਿਓਰਾ ਅੱਜ ਆਮ ਲੋਕ ਪਰੇਸ਼ਾਨ ਆ, ਠੀਕ ਆ ਕਾਂਗਰਸ ਪਾਰਟੀ ਦੇ ਸਾਡੇ ਤਾਂ ਇੱਕ ਜਥੇਬੰਦੀ ਆ, ਸਾਡੇ ਤਾਂ ਅਸੀਂ ਇੱਕ ਦੂਜੇ ਦੇ ਸਾਥੀਆਂ ਦੇ ਨਾਲ ਖੜ੍ਹ ਵੀ ਜਾਈਦਾ ਉਹਨਾਂ ਨਾਲ ਕਰੀਦਾ, ਲੇਕਿਨ ਕਈ ਵਾਰ ਆਮ ਬੰਦੇ ਜਿਹੜੇ ਜਿਨ੍ਹਾਂ ਤੱਕ ਸ਼ਾਇਦ ਕਈ ਵਾਰ ਪਾਰਟੀਆਂ ਵੀ ਉਸ ਤਰੀਕੇ ਨਾਲ ਪਹੁੰਚ ਨਹੀਂ ਕਰ ਪਾਉਂਦੀਆਂ, ਜਿਨ੍ਹਾਂ ਨੇ ਰੋਜ਼ ਰਮਾਈ 'ਚ ਆਪਣੀ ਰੋਜ਼ੀ ਰੋਟੀ ਕਮਾਉਣੀ ਆ,
ਆਪਣੀਆਂ ਮਿਹਨਤਾਂ ਕਰਨੀਆਂ ਵਾ, ਉਹ ਰਾਜਨੀਤੀ ਨਾਲ ਉਹਨੇ ਕਨੈਕਟਡ ਨਹੀਂ ਹੁੰਦੇ, ਉਹ ਇਹੋ ਉਮੀਦ ਕਰਦੇ ਆ ਵੀ ਜਿਹੜੀ ਸਰਕਾਰ ਆਵੇ ਭਾਵੇਂ ਉਹ ਕਿਸੇ ਵੀ ਪਾਰਟੀ ਦੀ ਹੋਵੇ ਉਹਨਾਂ ਨੂੰ ਮੁੱਢਲੀਆਂ ਸਹੂਲਤਾਂ ਦੇਵੇ। ਔਰ ਅੱਜ ਇਹ ਹਾਲਾਤ ਆ ਵੀ ਉਹਨਾਂ ਦੀਆਂ ਕੀਤੀਆਂ ਕਮਾਈਆਂ ਨੂੰ ਕੋਈ ਚੋਰ ਲੁੱਟ ਕੇ ਲੈ ਕੇ ਜਾ ਰਹੇ, ਜਿਹੜਾ ਕੋਈ ਜ਼ਿਆਦਾ ਪੈਸੇ ਕਮਾ ਰਿਹਾ ਉਹਨੂੰ ਗੈਂਗਸਟਰ ਲੁੱਟ ਕੇ ਲੈ ਕੇ ਜਾ ਰਹੇ। ਜਿੱਥੇ ਕਿਤੇ ਤੁਸੀਂ ਮਤਲਬ ਜਿੱਥੇ ਤੁਸੀਂ ਨੂਰਪੁਰ ਬੇਦੀ ਦੇ ਇਲਾਕੇ 'ਚੋਂ ਕੱਢ ਲਓ, ਮਤਲਬ ਹੈਰਾਨਗੀ ਦੀ ਗੱਲ ਆ ਵੀ ਝੋਟੇ ਚੋਰੀ ਹੋ ਰਹੇ। ਮਤਲਬ ਤੁਸੀਂ ਵੇਖੋ ਕਿਸ ਤਰੀਕੇ ਦੇ ਨਾਲ ਉਹ ਵਿਚਾਰੇ ਗਰੀਬ ਪਰਿਵਾਰ ਜਿਨ੍ਹਾਂ ਦੇ ਮੁਸ਼ਕਿਲ ਨਾਲ ਪਤਾ ਨਹੀਂ ਕਿਸ ਹਾਲਾਤਾਂ ਦੇ ਵਿੱਚੋਂ ਨਿਕਲਦੇ ਹੋਏ ਉਹੀ ਉਹਨਾਂ ਦੀ ਰੋਜ਼ੀ ਰੋਟੀ ਦੇ ਆਸਰੇ ਆ, ਉਹ ਵੀ ਕੋਈ ਖੋਲ੍ਹ ਕੇ ਲੈ ਜਾਂਦਾ ਔਰ ਅੱਜ ਤੱਕ ਮਤਲਬ ਉਹਦੇ 'ਤੇ ਕੋਈ ਕਾਰਵਾਈਆਂ ਨਹੀਂ ਹੋ ਸਕੀਆਂ। ਐਵੇਂ ਤੁਸੀਂ ਰੋਪੜ ਸ਼ਹਿਰ ਦੀ ਗੱਲ ਕਰ ਲਓ, ਇੱਥੇ ਸਾਡੇ ਸਾਰੇ ਕੌਂਸਲਰ ਸਮਾਨ ਵੀ ਬੈਠੇ ਆ, ਸ਼ਹਿਰ ਦੇ ਨਾਗਰਿਕ ਵੀ ਬੈਠੇ ਆ, ਇਹਨਾਂ ਸਾਰਿਆਂ ਤੋਂ ਪੁੱਛ ਲਓ ਆ ਪਿੱਛੇ ਜੇ ਸ਼ਹਿਰ ਦੀਆਂ ਚੋਰੀਆਂ ਜਿਹੜੀਆਂ ਹੋਈਆਂ ਕਿੰਨੀਆਂ ਚੋਰੀਆਂ ਹੋਈਆਂ, ਕਈ ਬੰਦਿਆਂ ਦੀਆਂ ਮਿਹਨਤਾਂ ਕਮਾਈਆਂ ਉਹ ਉਹਨਾਂ ਦੀਆਂ ਸਾਰੀ ਉਮਰ ਦੀ ਲੁੱਟ ਕੇ ਲੈ ਗਏ। ਔਰ ਅਫਸੋਸ ਦੀ ਗੱਲ ਆ ਸਰਕਾਰ ਦੇ ਅੱਗੋਂ ਜਵਾਬ ਹੁੰਦੇ ਆ ਜੀ ਦੇਖੋ ਨਸ਼ਾ ਵੱਧ ਗਿਆ ਉਹਦੇ ਕਰਕੇ ਜਿਹੜੇ ਨਸ਼ੇੜੀ ਆ ਉਹ ਚੋਰੀਆਂ ਵੱਲ ਹੋ ਗਏ, ਅਤੇ ਨਸ਼ਾ ਕਿਹਨੇ ਰੋਕਣਾ ਸੀ, ਇਹ ਸਰਕਾਰ ਨੇ ਹੀ ਰੋਕਣਾ ਸੀ ਨਾ। ਸੋ ਇਹਦੇ ਕਰਕੇ ਆ ਜਿਹੜੀ ਪ੍ਰਸ਼ਾਸਨ ਦੇ ਖਿਲਾਫ ਪ੍ਰਸ਼ਾਸਨ ਦੇ ਹੱਕ ਵਿੱਚ ਅਸੀਂ ਇਸ ਕਰਕੇ ਨਿਤਰਨਾ ਚਾਹੁੰਦੇ ਹਾਂ, ਹੱਕ ਵਿੱਚ ਤੁਹਾਨੂੰ ਇਸ ਕਰਕੇ ਕਹਿ ਰਹੇ ਹਾਂ ਵੀ ਇਹਨਾਂ ਤੋਂ ਵੀ ਅਸੀਂ ਇਸ ਕਰਕੇ ਹੱਕ 'ਚ ਕਿਉਂਕਿ ਇਹਨਾਂ ਤੋਂ ਕੰਮ ਹੀ ਪੁੱਠੇ ਕਰਾਏ ਜਾ ਰਹੇ ਸਾਰੇ। ਪਰਚੇ ਕਿਸੇ 'ਤੇ ਆਪਣੇ ਕਾਂਗਰਸੀਆਂ 'ਤੇ ਕਿਵੇਂ ਦੇਣੇ ਆ, ਉਹ ਬੰਦੇ ਨੂੰ ਲੱਤ ਥੱਲੋਂ ਕਿਵੇਂ ਲੰਘਾਉਣਾ ਜਿਹੜਾ ਸਾਡੀ ਮਦਦ ਨਹੀਂ ਕਰਦਾ ਪਿਆ। ਸੋ ਇਸ ਕਰਕੇ ਸਾਡੀ ਪ੍ਰਸ਼ਾਸਨ ਨੂੰ ਵੀ ਇਹ ਅਪੀਲ ਆ ਵੀ ਅਸੀਂ ਤੁਹਾਡੇ ਮਜਬੂਰੀਆਂ ਸਮਝਦੇ ਹਾਂ ਵੀ ਹਾਂ ਪੁਲਿਸ ਪ੍ਰਸ਼ਾਸਨ ਦੀ ਕਿੰਨੀਆਂ ਕਮੀਆਂ ਪੇਸ਼ੀਆਂ ਜੋ ਵੀ ਹੋਣ, ਲੇਕਿਨ ਇਹਦਾ ਇਹ ਮਤਲਬ ਨਹੀਂ ਆ ਵੀ ਤੁਸੀਂ ਇਹਨਾਂ ਦੇ ਗਲਤ ਕੰਮਾਂ ਨੂੰ ਤਾਂ ਸਵਾਰੀ ਜਾਓ ਅਤੇ ਆਮ ਜਨਤਾ ਪਰੇਸ਼ਾਨ ਹੋਵੇ। ਨਸ਼ੇ ਦੇ ਨਾਮ ਦੇ ਉੱਤੇ ਕਿਸ ਤਰੀਕੇ ਨਾਲ ਨਸ਼ੇੜੀਆਂ ਦੇ ਅੱਜ ਦੇ ਸਮੇਂ ਜੋ ਹਾਲਾਤ ਆ, ਮਰਡਰ 'ਤੇ ਮਰਡਰ ਹੋ ਰਹੇ, ਆਪਣਾ ਕੀ ਕਹਿੰਦੇ ਜਿਹੜਾ ਆਮ ਇੱਕ ਛੋਟਾ ਕ੍ਰਿਮੀਨਲ ਸੀਗਾ ਉਹ ਵੱਡਾ ਕ੍ਰਿਮੀਨਲ ਬਣਨ ਦੀ ਸੋਚ ਰੱਖ ਰਿਹਾ, ਔਰ ਲੇਕਿਨ ਇਸੇ ਕਰਕੇ ਪੰਜਾਬ 'ਚੋਂ ਦੁਖੀ ਹੋ ਕੇ ਨੌਜਵਾਨ ਬਾਹਰ ਜਾ ਰਿਹਾ। ਪੰਜਾਬ ਦਾ ਜਿਹੜਾ ਨੌਜਵਾਨ ਆ ਇੰਨਾ ਪਰੇਸ਼ਾਨ ਆ ਵੀ ਉਹਨੂੰ ਇਸ ਸਿਸਟਮ ਦੇ ਉੱਤੇ ਭਰੋਸਾ ਨਹੀਂ, ਔਰ ਇਹ ਜਿਹੜੇ ਸਿਸਟਮ ਬਦਲਣ ਆਏ ਸੀ ਜਿਹੜੇ 70 ਸਾਲਾਂ ਦੇ ਸਿਸਟਮ ਨੂੰ ਗਾਲਾਂ ਕੱਢਦੇ ਸੀ, ਅੱਜ ਉਹ ਇਸ ਸਿਸਟਮ ਦੇ ਵਿੱਚ ਇੰਨੀ ਜ਼ਿਆਦਾ ਨਾਕਾਮਯਾਬੀ ਦੇ ਰੂਪ 'ਚ ਪੇਸ਼ ਹੋਏ ਆ ਵੀ ਜਿਹਦਾ ਰਹਿ ਰੱਬ ਦਾ ਨਾਂ। ਸਾਡੇ ਜਿਹੜੇ ਹਲਕੇ ਦੇ ਵਿਧਾਇਕ ਆ ਉਹਨਾਂ ਨੂੰ ਪੈਸੇ ਬਣਾਉਣ ਤੋਂ ਇਲਾਵਾ ਦੂਜਾ ਕੰਮ ਨਹੀਂ, ਉਹ ਦੱਬ ਕੇ ਉਹਨਾਂ ਦਾ ਕੰਮ ਆ ਵੀ ਕਿਸੇ ਤਰ੍ਹਾਂ ਮੈਂ ਹਲਕੇ ਨੂੰ ਲੁੱਟ ਕੇ ਲੈ ਜਾਵਾਂ। ਉਹਨਾਂ ਦਾ ਧਿਆਨ ਜ਼ਿਆਦਾ ਕ੍ਰੈਸ਼ਰਾਂ 'ਤੇ ਆ, ਉਹਨਾਂ ਦਾ ਧਿਆਨ ਜ਼ਿਆਦਾ ਆਪਣਾ ਕਾਰੋਬਾਰ ਵਾਲੇ ਕਰਨ ਵਾਲੇ ਬੰਦਿਆਂ 'ਤੇ ਆ, ਔਰ ਇਹ ਜਿਹੜੀ ਮੁੱਢਲੀਆਂ ਸਹੂਲਤਾਂ ਵਾ ਜਿੱਥੇ ਲੋਕ ਪਰੇਸ਼ਾਨ ਹੁੰਦੇ ਆ, ਜਿੱਥੇ ਚੋਰੀਆਂ ਹੋ ਰਹੀਆਂ, ਜਿੱਥੇ ਡਾਕੇ ਪੈ ਰਹੇ ਆ, ਇਹ ਪ੍ਰਸ਼ਾਸਨ ਨੂੰ ਵੀ ਕਹਿ ਕੇ ਰਾਜੀ ਨਹੀਂ, ਕਿਉਂਕਿ ਪ੍ਰਸ਼ਾਸਨ ਇਹਨਾਂ ਦੀ ਚੋਰੀਆਂ 'ਚ ਮਦਦ ਕਰਦਾ, ਪ੍ਰਸ਼ਾਸਨ ਇਹਨਾਂ ਦੀ ਕ੍ਰੈਸ਼ਰਾਂ ਤੋਂ ਗ੍ਰਾਹੀ ਕਰਨ 'ਚ ਮਦਦ ਕਰਦਾ। ਸੋ ਜਦੋਂ ਇਹ ਸਾਰੀ ਰਲੀ ਮਿਲੀ ਭੁਗਤ ਐਵੇਂ ਹੋਵੇ ਤਾਂ ਫਿਰ ਪ੍ਰਸ਼ਾਸਨ ਔਰ ਜਿਹੜੇ ਲੋਕਲ MLA ਆ ਉਹਨਾਂ ਦਾ ਧਿਆਨ ਓਬਵੀਅਸਲੀ ਆਮ ਲੋਕਾਂ ਵੱਲ ਜਾਊਗਾ ਨਹੀਂ। ਇਹਦਾ ਜਵਾਬ ਦੇਵਾਂਗੇ ਆਉਣ ਵਾਲੇ ਸਮੇਂ ਦੇ ਵਿੱਚ, 2027 'ਚ ਤਾਂ ਦੇਵਾਂਗੇ, ਲੇਕਿਨ ਹੁਣ ਜਿਹੜੇ ਆ 2-2.5 ਸਾਲ ਆ ਜਿਹੜੇ ਸਰਕਾਰ ਦੇ ਆਖਰੀ 2-2.5 ਸਾਲ ਆ ਇਹਦੇ ਵਿੱਚ ਪ੍ਰਸ਼ਾਸਨ ਨੂੰ ਜ਼ਰੂਰ ਅਸੀਂ ਨਕੇਲ ਕੱਸਾਂਗੇ ਵੀ ਕੋਈ ਗੱਲ ਨਹੀਂ, ਜਿਹੜਾ ਸਮਾਂ ਸੀ ਉਹ ਲੰਘ ਗਿਆ, ਆਉਣ ਵਾਲਾ ਸਮਾਂ ਕਾਂਗਰਸ ਪਾਰਟੀ ਦਾ ਵਾ, ਤੁਸੀਂ ਅਫਸਰ ਆਪਣਾ ਕੰਮ ਕਰਨਾ ਸ਼ੁਰੂ ਕਰੋ, ਨਹੀਂ ਤਾਂ ਕਾਰਵਾਈਆਂ ਜਿਵੇਂ ਹੁਣੇ ਕਰਦੇ ਪਏ ਆ ਜਿਸ ਤਰੀਕੇ ਨਾਲ ਕਾਰਵਾਈਆਂ ਜਦੋਂ ਸਾਡੀ ਸਰਕਾਰ ਆਈ ਇਹਨਾਂ 'ਤੇ ਤਾਂ ਜਿਹੜੀਆਂ ਹੋਣੀਆਂ ਹੀ ਹੋਣੀਆਂ ਵਾ, ਨਾਲ ਉਹਨਾਂ ਕਾਲੀਆਂ ਭੇਡਾਂ 'ਤੇ ਵੀ ਹੋਣਗੀਆਂ ਜਿਹੜਾ ਇਹਨਾਂ ਦੇ ਨਾਲ ਡਟ ਕੇ ਖੜ੍ਹੇ ਹੋਏ ਆ ਔਰ ਇਹਨਾਂ ਨੂੰ ਕਾਨੂੰਨ ਨੂੰ ਦੀਆਂ ਧੱਜੀਆਂ ਉਡਾ ਕੇ ਇਹਨਾਂ ਦੇ ਪ੍ਰਾਈਵੇਟ ਮੁਲਾਜ਼ਮ ਬਣ ਕੇ ਜਿਹੜੇ ਕੰਮ ਕਰ ਰਹੇ ਆ।